ਗੜਸ਼ੰਕਰ ਦੇ ਪਿੰਡ ਸੇਖੋਵਾਲ 'ਚ ਦਿਨ ਦਿਹਾੜੇ ਪਿੰਡ ਦੇ ਹੀ ਨੌਜਵਾਨ ਦੇ ਕਤਲ ਦਾ ਮਾਮਲਾ ਉਲਝਦਾ ਜਾ ਰਿਹਾ ਅਤੇ ਦੋਸ਼ੀਆਂ ਨੂੰ ਲੈ ਕੇ ਗ੍ਰਿਫਤਾਰ ਨਾ ਕਰਨਾ ਪੁਲਿਸ ਪ੍ਰਸ਼ਾਸਨ ਲਈ ਗਲੇ ਦੀ ਹੱਡੀ ਬਣਿਆ ਹੋਇਆ। ਦਰਅਸਲ ਥਾਣਾ ਗਣਸ਼ੰਕਰ ਦੀ ਪੁਲਿਸ ਵੱਲੋਂ ਕਤਲ ਕਰਨ ਵਾਲੇ ਦੋਸ਼ੀਆਂ ਵਿੱਚੋਂ 4 ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਕਤਲ 'ਚ ਸ਼ਾਮਿਲ ਕਾਂਗਰਸ ਸਰਪੰਚ ਦਰਸ਼ਨ ਸਿੰਘ ਦਰਸ਼ੀ, ਮਹਿੰਦਰ ਸਿੰਘ ਅਤੇ ਹੋਰ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਅੱਜ ਫਿਰ ਪਰਿਵਾਰ ਨੇ ਬੰਗਾ ਚੌਂਕ ਜਾਮ ਕਰ ਦਿੱਤਾ। ਇਸ ਦੌਰਾਨ ਕਾਂਗਰਸੀ ਪਾਰਟੀ ਦੀ ਸਪੋਕਸਪਰਸਨ ਨਿਮਿਸ਼ਾ ਮਹਿਤਾ ਵੀ ਉਹਨਾਂ ਨਾਲ ਨਜ਼ਰ ਆਈ। ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਅਕਾਲੀ ਦਲ ਅਤੇ ਕਾਂਗਰਸ ਵਰਕਰ ਆਹਮੋ ਸਾਹਮਣੇ ਹੋ ਗਏ। ਉਧਰ ਪੁਲਿਸ ਪ੍ਰਸ਼ਾਸਨ ਨੇ ਸੂਝ ਬੂਝ ਨਾਲ ਮਾਹੌਲ ਨੂੰ ਸ਼ਾਂਤ ਕਰਵਾਇਆ। ਇਸ ਮੌਕੇ ਪਹੁੰਚੇ SP ਹੁਸ਼ਿਆਰਪੁਰ ਨੇ ਪੀੜਤ ਪਰਿਵਾਰ ਤੋਂ ਇੱਕ ਹੋਰ ਦਿਨ ਦਾ ਸਮਾਂ ਮੰਗਿਆ। ਉਹ ਜਿਹੜੇ ਕਾਤਲ ਨੇ ਉਹ ਹਰ ਸੂਰਤ ਫੜੇ ਜਾਣ, ਜੇ ਪੁਲਿਸ ਪੋਲੀਟੀਕਲਾਈਜ਼ ਨਾ ਹੋਵੇ, ਹਾਕਮ ਤਰ੍ਹਾਂ ਇਹਨਾਂ ਨੂੰ ਵਰਤਣ ਨਾ। ਅੱਜ ਤੱਕ ਕਦੇ ਵੀ ਜਿਹੜੇ ਕੇਸ ਹੁੰਦੇ ਆ, ਜਸਟਿਸ ਅਲਾਹਾਬਾਦ ਦੇ ਜਸਟਿਸ ਮੁੱਲੇ ਨੇ ਗੱਲ ਕਹੀ ਸੀ, ਪੁਲਿਸ ਦੇ ਗੈਂਗ ਆਫ ਲਾ ਬ੍ਰੇਕਰ, ਪੁਲਿਸ ਗੁੰਡਿਆਂ ਦਾ ਟੋਲਾ ਹੁੰਦੀ ਆ, ਇਹਦੇ ਪਿੱਛੇ ਹਰ ਕੇਸ ਦੇ ਵਿੱਚ ਇਹਨਾਂ ਦਾ ਰੋਲ ਹੁੰਦਾ। ਜੇ ਸਰਕਾਰਾਂ ਨਾ ਬਚਾਉਣ ਇਹਨਾਂ ਗੁੰਡਿਆਂ ਨੂੰ, ਤਾਂ ਗੁੰਡਾਗਰਦੀ ਪਣਪ ਨਹੀਂ ਸਕਦੀ। ਦੇਖੋ, ਇਸ ਤਰ੍ਹਾਂ ਹੈ, ਦੋਸ਼ੀ ਜਿਹੜੇ ਨੇ ਫਿਲਹਾਲ 4 ਜਿਹੜੇ ਫੜ ਲਏ ਗਏ ਆ, ਔਰ ਬਾਕੀ ਜਿਹੜੇ ਆ ਉਹ ਵੀ ਫੜੇ ਜਾਣਗੇ। ਔਰ ਪੁਲਿਸ ਦੇ ਉੱਤੇ ਅਸੀਂ ਆਪ ਪ੍ਰੈਸ਼ਰ ਬਣਾ ਰਹੇ ਆ, ਕਾਂਗਰਸ ਪਾਰਟੀ ਦੇ ਵਰਕਰ, ਮੈਂ ਕਾਂਗਰਸ ਪਾਰਟੀ ਦੀ ਬੁਲਾਰਾ ਹੋ ਕੇ, ਮੈਂਬਰ PCC ਹੋ ਕੇ ਮੈਂ ਆਪ ਪ੍ਰੈਸ਼ਰ ਬਣਾ ਰਹੀ ਹਾਂ। ਇਹਦਾ ਮਤਲਬ ਤੁਸੀਂ ਕੀ ਸਮਝਦੇ ਆ ਕਿ ਅਸੀਂ ਆਪ ਇਨਸਾਫ ਦਿਲਾਉਣ ਤੇ ਤੁਲੇ ਹੋਏ ਆ, ਜਦਕਿ ਜਦੋਂ ਅਕਾਲੀ ਦਲ ਦਾ ਰਾਜ ਸੀ ਉਦੋਂ ਅਰੈਸਟਾਂ ਵੀ ਨਹੀਂ ਹੁੰਦੀਆਂ ਸੀ। ਹੁਣ ਮੇਰਾ ਮੂੰਹ ਨਾ ਖੁਲਾਇਓ, ਸਾਬਕਾ MLA ਸਾਹਿਬ, ਸਾਡੇ ਪੋਸੀ ਦੇ ਵਿੱਚ 307 ਜਿਹੜਾ ਧਾਰਾ ਬਣੀ, ਕਿਸੇ ਬੰਦੇ ਦੇ ਉੱਤੇ ਅਟੈਕ ਹੋਇਆ ਔਰ ਉੱਥੇ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਜਦੋਂ ਧਰਨਾ ਲੱਗਾ ਉਹਨਾਂ ਦੇ ਉੱਤੇ ਟ੍ਰੈਫਿਕ ਜਾਮ ਦਾ ਪਰਚਾ ਕਰਾ ਦਿੱਤਾ। ਇੱਕ ਨਹੀਂ, ਇੱਥੇ ਗਲਤ ਆਪਣੇ ਆਪਣੇ ਵਰਕਰਸ ਨੂੰ ਵੀ ਇਹਨਾਂ ਨੇ ਨਹੀਂ ਬਖਸ਼ਿਆ। ਇੱਥੇ ਹਜ਼ਾਰਾ ਸਿੰਘ ਜੀ ਆਏ ਹੋਏ ਆ ਰੁੜਕੀ ਖਾਸ ਤੋਂ, ਉਹਨਾਂ ਦੀਆਂ ਫੋਟੋਆਂ ਵੀ ਮੈਂ ਨਾਲ ਲੈ ਕੇ ਆਈ ਹਾਂ। ਅੱਜ ਤੱਕ ਉਹਨਾਂ ਦੀ MLR ਨਹੀਂ ਪੂਰੀ ਕੱਟ ਹੋਈ, ਅਕਾਲੀ ਰਾਜ ਦੇ ਵਿੱਚ ਉਹਨਾਂ ਨਾਲ ਧੱਕਾ ਹੋਇਆ ਔਰ ਉਹਨਾਂ ਦੀ MLR ਪੂਰੀ ਕੱਟ ਨਹੀਂ ਹੋਈ, ਔਰ ਅੱਜ ਤੱਕ ਉਹਨਾਂ ਦੀ ਵਿਚਾਰਿਆਂ ਦੀ FIR ਨਹੀਂ ਕੱਟ ਹੋਈ, ਜਿਨ੍ਹਾਂ ਦੀਆਂ ਬਾਹਾਂ ਲਾ ਦਿੱਤੀਆਂ, ਬਾਹਾਂ ਵੱਢ ਦਿੱਤੀਆਂ, ਉਹਨਾਂ ਦੀ FIR ਨਹੀਂ ਹੋਈ। ਪਰ ਮੈਂ ਇਸ ਇੱਥੇ ਜਿਹੜਾ ਜਦੋਂ ਧਰਨਾ ਲੱਗਾ ਸੀ ਉੱਥੇ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦੀ ਸੀ, ਨਾ ਮੈਂ ਕੀਤੀ ਹੈ, ਮੈਂ ਆਪਣੇ ਇਮਾਨ ਤੇ ਰਹੀ ਹਾਂ। ਪਰ ਜੇਕਰ ਤੁਸੀਂ ਮੈਨੂੰ ਸੱਚਾਈਆਂ ਪੁੱਛੋਗੇ ਤਾਂ ਸ਼ਾਇਦ ਇੱਥੇ 2 ਦਿਨ ਲੱਗ ਜਾਓਗੇ ਮੈਨੂੰ ਬੋਲਦੇ ਬੋਲਦੇ। ਅੱਜ ਜਿਹੜਾ 3ਜੀ ਵਾਰੀ ਧਰਨਾ ਇੱਥੇ ਲਾਇਆ, ਅਸੀਂ ਇਸ ਕਾਂਗਰਸ ਸਰਕਾਰ ਤੋਂ ਅਤੇ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਹੋ ਕੇ ਅੱਜ ਪਰਿਵਾਰ ਨੇ, ਇਲਾਕੇ ਸਾਰੇ ਨੇ ਇਕੱਠੇ ਹੋ ਕੇ, ਬਾਕੀ ਪਾਰਟੀਆਂ ਦੇ ਲੀਡਰ ਸਾਹਿਬਾਨ ਵੀ ਪਹੁੰਚੇ ਆ। ਇਹ ਧਰਨਾ ਤਾਂ ਦਿੱਤਾ ਗਿਆ ਕਿ 15-16 ਮੈਂ ਸਮਝਦਾ ਗੁੱਡਿਆਂ ਨੇ ਸੇਖੋਵਾਲ ਵਿਖੇ ਬਾਂਟੀ ਨਾਮ ਦੇ ਨੌਜਵਾਨ ਦਾ ਚਿੱਟੇ ਦਿਨ 3 ਵਜੇ ਗੋਲੀਆਂ ਮਾਰੀਆਂ ਪਹਿਲਾਂ ਪਿੰਡ ਦੇ ਵਿੱਚ, ਔਰ ਫਾਇਰ ਕਰਕੇ ਲੋਕਾਂ ਨੂੰ ਡਰਾਇਆ ਤੇ ਫਿਰ ਅੰਦਰੋਂ ਉਹਦਾ ਦਰਵਾਜ਼ਾ ਪੱਟ ਕੇ ਬਾਹਰ ਕੱਢ ਕੇ ਉਹਦਾ ਕਤਲ ਕੀਤਾ। ਔਰ ਮੈਂ ਸਮਝਦਾ ਜਿਸ ਵੇਲੇ ਉਹਦੀ ਡੈਥ ਵੀ ਹੋ ਗਈ, ਫਿਰ ਵੀ 15 ਮਿੰਟ ਉੱਥੇ ਗਡਾਸੇ ਚਲਾਉਂਦੇ ਰਹੇ। ਔਰ ਐਡੀ ਦਹਿਸ਼ਤ ਬੀਤ ਇਲਾਕੇ ਦੇ ਵਿੱਚ, ਜਿੱਥੇ ਸ਼ਾਂਤਮਈ ਲੋਕ ਆ, ਜਿਨ੍ਹਾਂ ਦਾ ਕਿਨਾਂ ਨੇ ਕਦੀ ਕੋਈ ਕਿਸੇ ਨਾਲ ਝਗੜਾ ਨਹੀਂ ਕੀਤਾ, ਅੱਜ ਉੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਆ। ਅੱਜ ਅਸੀਂ ਕਾਂਗਰਸ ਸਰਕਾਰ ਨੂੰ ਵੀ ਕਹਿੰਦੇ ਹਾਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਤੇ ਵੱਡੇ ਅਫਸਰਾਂ ਨੂੰ ਵੀ ਕਹਿੰਦੇ ਹਾਂ ਕਿ ਗੁੰਡੇ ਅਫਸਰਾਂ ਨੂੰ ਫੜ ਕੇ ਇਹਨਾਂ ਨੂੰ ਹਵਾਲਾਟਾਂ 'ਚ ਦਿਓ, ਜੇਲ੍ਹਾਂ 'ਚ ਭੇਜੋ, ਲੋਕਾਂ ਨੂੰ ਇਨਸਾਫ ਦਿਓ। ਅੱਜ ਗੈਂਗਸ ਤੁਰੇ ਗੈਂਗਸਟਰ ਜਿਹੜੇ ਤੁਰੇ ਫਿਰਦੇ ਆ ਪੂਰੇ ਪੰਜਾਬ ਦੇ ਵਿੱਚ, ਅੱਜ ਜਿਹੜੇ ਅਫਸਰਾਂ ਨਾਲ ਗੱਲ ਕਰਦੇ ਹਾਂ ਕਿ ਆਹ ਸਾਡੇ ਇਲਾਕੇ ਦੇ ਵਿੱਚ ਜਿਹੜੇ ਮਾਡਰ ਕਾਗੋ ਰੋਡਾਂ ਵਾਲੀ ਵਿਖੇ ਹੋਇਆ, ਸ਼ਾਹਪੁਰ ਵਿਖੇ ਹੋਇਆ ਅਤੇ ਅੱਜ ਇਹ ਬਾਂਡੀ ਦਾ ਮਾਡਰ ਹੋਇਆ, ਇਹ ਲੋਕ ਕਿਉਂ ਨਹੀਂ ਫੜੇ ਜਾਂਦੇ? ਅਤੇ ਅਫਸਰ ਕੀ ਕਹਿੰਦੇ ਆ, ਉਹ ਤਾਂ ਜੀ ਗੈਂਗਸਟਰਾਂ ਨਾਲ ਘੁੰਮਦੇ ਆ। ਦੱਸੋ, ਜੇ ਗੈਂਗਸਟਰਾਂ ਨਾਲ ਘੁੰਮਦੇ, ਇਹਨੂੰ ਪਤਾ ਗੈਂਗਸਟਰਾਂ ਨਾਲ ਘੁੰਮਦੇ ਤਾਂ ਫੜਦੇ ਕਿਉਂ ਨਹੀਂ ਕਿ ਹੋਰ ਗੈਂਗਸਟਰ ਪੈਦਾ ਕਰ ਰਹੇ ਆ? ਆਹ ਰੋਜ਼ ਤੁਸੀਂ ਅਖਬਾਰਾਂ 'ਚ ਪੜ੍ਹਦੇ ਆ। ਇਹ 'ਚ ਦੱਸ ਦੇਣਾ ਚਾਹੁੰਦਾ ਕਿ ਸਾਡੀਆਂ ਵੱਖ ਵੱਖ ਟੀਮਾਂ ਇਸ ਕੰਮ 'ਚ ਲੱਗੀਆਂ ਹੋਈਆਂ। ਇਹ 'ਚ ਆਲਰੇਡੀ ਅਸੀਂ ਇਸ ਮਾਡਲ 'ਚ 4 ਬੰਦੇ ਜਿਹੜੇ ਬਾਈ ਨੇਮ ਸੀਗੇ ਉਹ ਅਰੈਸਟ ਕੀਤੇ ਹੋਏ ਨੇ, ਅਤੇ ਹੁਣ ਵੀ ਸਾਡੀਆਂ ਟੀਮਾਂ ਇਸ ਵੇਲੇ ਬਾਹਰ ਨੇ। ਅਸੀਂ ਜਲਦ ਤੋਂ ਜਲਦ ਬਾਕੀ ਦੋਸ਼ੀ ਵੀ ਇਸ ਮੁਕੱਦਮੇ 'ਚ ਗ੍ਰਿਫਤਾਰ ਕਰਾਂਗੇ। SSP ਸਾਹਿਬ ਵੀ ਇਸ ਕੰਮ 'ਤੇ ਲੱਗੇ ਨੇ, ਸਾਡੀਆਂ ਟੀਮਾਂ ਵੀ ਲੱਗੀਆਂ, ਅਸੀਂ ਇਸ ਕੰਮ 'ਤੇ ਵਰਕ ਕਰ ਰਹੇ ਹਾਂ, ਉਹ ਆਉਂਦਾ ਵੀ ਨਹੀਂ। ਸਰ ਕਿੰਨਾ ਟਾਈਮ ਦਿੱਤਾ ਜੀ ਅੱਜ? ਅੱਜ ਸਾਨੂੰ 2 ਦਿਨ ਦਾ ਟਾਈਮ ਦਿੱਤਾ ਪਰਿਵਾਰ ਨੇ, ਹੋ ਸਕਦਾ ਅਸੀਂ ਉਹ ਤੋਂ ਪਹਿਲਾਂ ਕੋਈ ਨਾ ਕੋਈ ਬੰਦਾ ਫੜ ਲਈਏ। ਹੁਸ਼ਿਆਰਪੁਰ ਤੋਂ ਕੁਲਵਿੰਦਰ ਹੈਪੀ ਦੇ ਨਾਲ ਬਿਊਰੋ ਰਿਪੋਰਟ।